ਦੇਖ ਰਹੇ ਦਿਲਾ ਪਜਾਣੂ ਜੀ ਮੈਂ ਮੂਰੇ ਪੱਟੀ ਐਲੇ ਇਸ ਵੇਲੇ ਖੜੇ ਆਪਾਂ ਢੂਮਾ ਜਿੱਥੇ ਇੱਕ ਬਹੁਤ ਹੀ ਵੱਡਾ ਮੇਲਾ ਜਿਹੜਾ ਬਾਬਾ ਰੂਡਾ ਜੀ ਦਾ ਸਟਾਰਟ ਹੋ ਚੁੱਕਾ ਵਾ ਸੰਤਾਂ ਜਿਹੜੀਆਂ ਨੇ ਲੱਖਾਂ ਦੀ ਤਦਾਦ ਵਿੱਚ ਇੱਥੇ ਪਹੁੰਚ ਰਹੀਆਂ ਨੇ ਇੱਕ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਦਈਏ ਇਸ ਜਗ੍ਹਾ ਤੇ ਬਾਬਾ ਰੋਡਾ ਜੀ ਦੀ ਜਗ੍ਹਾ ਉੱਤੇ ਕੋਈ ਛੁੜੀਆਂ ਦਾ ਪ੍ਰਸ਼ਾਦ ਨਹੀਂ ਕੋਈ ਕੜਾਹ ਦਾ ਪ੍ਰਸ਼ਾਦ ਨਹੀਂ ਕੋਈ ਫਲ ਫਰੂਟ ਦਾ ਪ੍ਰਸ਼ਾਦ ਨਹੀਂ ਇੱਥੇ ਜਿਹੜਾ ਪ੍ਰਸ਼ਾਦ ਮਿਲਦਾ ਉਹ ਸ਼ਰਾਬ ਦਾ ਹੀ ਪ੍ਰਸ਼ਾਦ ਮਿਲਦਾ ਹੈ ਪ੍ਰਸ਼ਾਦ ਕਿਉਂ ਮਿਲਦਾ ਹੈ ਸਾਡੇ ਨਾਲ ਕੁਝ ਇਸ ਵੇਲੇ ਜਿਹੜੇ ਸ਼ਰਧਾਲੂ ਨੇ ਉਹ ਵੀ ਸ਼ਰਾਬ ਵੀ ਵਰਤਾ ਰਹੇ ਨੇ ਤੇ ਲੰਗਰ ਵੀ ਲਾਇਆ ਹੋਇਆ ਵਾ ਆਹ ਉਹਨਾਂ ਨੇ ਪੁੱਛਣਾ ਵੀ ਜਿਹੜੇ ਤੁਸੀਂ ਜਿਹੜਾ ਸ਼ਰਾਬ ਦਾ ਲੰਗਰ ਲਾਉਂਦੇ ਹੋ ਕਿਸ ਵਾਸਤੇ ਲਾਉਂਦੇ ਹੋ ਜੀਪੀ ਦਾ ਸਵਾਗਤ ਕਰਦੇ ਹਾਂ ਜੀ ਇੱਥੇ ਬੜੇ ਚਿਰਾਂ ਤੋਂ 11-12 ਸਾਲ ਤੋਂ ਆਪਾਂ ਆ ਰਹੇ ਹਾਂ ਹਰ ਇੱਕ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜਿਸ ਤਰ੍ਹਾਂ ਕਿ ਪਹਿਲਾਂ ਆਪਾਂ ਬਾਬਾ ਬੜਾ ਸਮਾਧ ਵੀ ਲੰਗਰ ਲਾਉਂਦੇ ਹਾਂ ਫਿਰ ਡੇਰਾ ਬਾਬਾ ਨਾਨਕ ਗੁਰੂ ਸਾਹਿਬ ਦੇ ਮੇਲੇ ਵੀ ਲੰਗਰ ਲਾਈਦਾ ਇੱਥੇ ਵੀ ਆਪਣੀ ਸ਼ਰਧਾ ਬਣੀ ਹੈ ਆਪਣੇ ਪਿੰਡ ਵੱਲੋਂ ਨੌਜਵਾਨਾਂ ਵੱਲੋਂ ਅਤੇ ਕਿਸ ਤਰ੍ਹਾਂ ਵੀ ਕੀਤਾ ਮਾੜਾ ਮੋਟਾ ਪੁਰਾਣਾ ਜੋ ਵੀ ਹੈਗਾ ਵਾ ਦਿਲ ਫੁੱਲ ਲੰਗਰ ਦਾਲ ਫੁਲਕਾ ਚੌਲ ਕੋਈ ਵੀ ਆਉਂਦਾ ਸੀਗਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਨੇ ਉਹਦੇ ਮੁਤਾਬਕ ਆਪਾਂ ਸਾਰਾ ਜਿੰਨੇ ਵੀ ਸੰਗਤ ਸਾਰੇ ਆ ਰਹੇ ਪ੍ਰਸ਼ਾਦ ਜਿਹੜਾ ਵਾ ਉਹ ਵੀ ਵਰਤਾਇਆ ਜਾ ਰਿਹਾ ਵਾ ਆਹ ਤੁਸੀਂ ਦੇਖ ਰਹੇ ਹੋ ਤੁਸੀਂ ਜਿਹੜੇ ਸ਼ਰਧਾਲੂ ਨੇ ਇਸ ਵੇਲੇ ਜਿਹੜੇ ਸ਼ਰਧਾਲੂ ਨੇ ਉਹ ਦੇਖੋ ਤੁਸੀਂ ਇਸ ਵੇਲੇ ਵੀ ਜਿਹੜੇ ਪ੍ਰਸ਼ਾਦ ਜਿਹੜਾ ਵਾ ਸ਼ਰਾਬ ਦਾ ਵੀ ਦੇਣ ਦੇ ਨੇ ਹੈਗੇ ਨੇ ਬਾਬਾ ਜੀ ਜੀਵਨੀ ਬਾਰੇ ਕੀ ਕਹਿੰਦੇ ਹਰ ਸਾਲ ਅਸੀਂ ਚੱਲਦੀ ਹੈ।